ਤੇ ਮੈਨੂੰ ਕਹਾਣੀ ਯਾਦ ਆ ਗਈ। ਕੋਈ ਨਾ ਇੱਕ ਬੰਦਾ ਤੁਰਿਆ ਜਾਂਦਾ ਸੀ ਗਰਮੀਆਂ ਦੇ ਦਿਨ, ਤੇ ਪੁਰਾਣੇ ਸਮੇਂ ਦੀ ਗੱਲ, ਤੇ ਉਹਨੇ ਨਾ ਥੈਲਾ ਜਾ ਨਹੀਂ ਜਿਹਦੇ 'ਚ ਪਾਣੀ ਭਰ ਲੈਂਦੇ ਆ, ਉਹ ਹੈ ਮਸ਼ਕ ਪਾਣੀ ਦੀ, ਉਹ ਭਰੀ ਉਹਨੇ, ਤੇ ਉਹ ਨਾਲ ਪੀ ਵੀ ਜਾਵੇ ਨਾਲ ਪੈਂਡਾ ਤੈਅ ਕਰੀ ਜਾਵੇ, ਤੇ ਰਾਹ ਰਾਹੀ ਪਿਆ ਤੇ ਗਰਮੀ ਪੂਰੀ ਜ਼ੋਰਾਂ ਦੀ ਪਵੇ ਤੇ ਪਾਣੀ ਮੁੱਕ ਗਿਆ ਉਹਦਾ, ਤੇ ਕਹਿੰਦਾ ਹਾਏ ਰੱਬਾ ਇੱਕ ਗਰਮੀ ਇੰਨੀ ਤੇ ਉੱਤੋਂ ਪਾਣੀ ਮੁੱਕ ਗਿਆ। ਥੋੜ੍ਹਾ ਤੁਰਿਆ ਕਿਲੋਮੀਟਰ ਡੇਢ ਕਿਲੋਮੀਟਰ ਤੇ ਹੋਰ ਜਾਨ ਨਿਕਲੀ, ਕਹਿੰਦਾ ਹੁਣ ਜੇ ਪਾਣੀ ਨਾ ਮਿਲਿਆ ਤਾਂ ਹਾਲਤ ਬੜੀ ਖਰਾਬ ਹੋਣੀ। ਕਈ ਵਾਰੀ ਕੀ ਹੁੰਦਾ, ਬੰਦਾ ਰੱਬ ਅੱਗੇ ਅਰਦਾਸ ਕਰਦਾ ਕਿਸੇ ਚੀਜ਼ ਦੀ, ਉਹ ਅਗਲੇ ਪਾਸੇ ਪਈ ਹੁੰਦੀ ਹੈ, ਅਤੇ ਉਹ ਨਾ ਉਹਨੂੰ ਦੂਰ ਇੱਕ ਨਾ ਛੱਤ ਜੀ ਦਿਖਦੀ ਆ ਉਹਦੀ ਪਰਾਲੀ ਦੀ ਪਈ, ਅਤੇ ਕਹਿੰਦਾ ਯਾਰ ਲੱਗਦਾ ਉੱਥੇ ਕੁਛ ਨਾ ਕੁਛ ਹੈ ਜੁਗਾੜ, ਪਾਣੀ ਪੂਣੀ ਮਿਲ ਜੂਗਾ। ਥੋੜ੍ਹਾ ਗਾੜੀ ਜਾਂਦਾ ਅਤੇ ਵੇਖਦਾ ਅਤੇ ਉਹ ਛੱਤ ਦੇ ਥੱਲੇ ਹੈਂਡ ਪੰਪ ਹੁੰਦਾ ਇੱਕ, ਕਹਿੰਦਾ ਵਾਹ ਵਾਹ ਵਾਹ, ਕੁਛ ਹੋਰ ਮੰਗਿਆ ਹੁੰਦਾ ਅਤੇ ਉਹ ਵੀ ਮਿਲ ਜਾਂਦਾ, ਹੈਂਡ ਪੰਪ ਲੱਗਾ ਪਿਆ ਇੱਥੇ ਤੇ। ਉਹ ਨਾ ਫਟਾਫਟ ਹੈਂਡ ਪੰਪ ਨੂੰ ਨਾ ਗੇੜਨਾ ਸ਼ੁਰੂ ਕਰਦਾ, 10-12 ਗੇੜੇ ਦਿੰਦਾ, ਹਫਿਆ ਹਫਿਆ ਪਰ ਪਾਣੀ ਨਹੀਂ ਵਿੱਚੋਂ ਨਿਕਲਦਾ। ਕਹਿੰਦਾ ਤੁਹਾਡੀ ਭਲੀ ਹੋ ਜੇ, ਗਰਮੀ ਕਰਕੇ ਪਾਣੀ ਡਾਊਨ ਚੱਲ ਗਿਆ ਅਤੇ ਪਾਣੀ ਮੇਰਾ ਤਾਂ ਅੱਛਾ। ਉਹ ਹੁਣ ਪਿਆਸਾ ਬੰਦਾ ਕਿੰਨੇ ਕੁ ਹੈਂਡਲ ਮਾਰੀ ਜਾਊਗਾ। ਫਿਰ ਥੋੜ੍ਹੀ ਦੇਰ ਸਾਹ ਲੈਂਦਾ, ਬੋਤਲ ਬੋਤਲ ਆਪਣੀ ਖੋਲ੍ਹਦਾ ਵਿੱਚੋਂ, ਵੇਖਦਾ 2 ਕੁ ਬੂੰਦਾਂ ਜਿਹੜੀਆਂ ਨਿਕਲਦੀਆਂ, ਉਹਨੂੰ ਕਹਿੰਦਾ ਯਾਰ, ਫਿਰ ਹੈਂਡਲ ਮਾਰਦਾ ਨਲਕੇ ਦੇ, ਫਿਰ ਨਹੀਂ ਪਾਣੀ ਨਿਕਲਦਾ, ਅਤੇ ਹੰਬ ਕੇ ਨਾ ਐਂ ਕਰਕੇ ਉੱਥੇ ਲੰਮੇ ਪੈ ਜਾਂਦਾ, ਅਤੇ ਜਦੋਂ ਲੰਮੇ ਪੈਂਦਾ ਤਾਂ ਵੇਂਹਦਾ ਤਾਂ ਉੱਤੇ ਇੱਕ ਬੋਤਲ ਟੰਗੀ ਹੁੰਦੀ ਹੈ, ਐਡੀ ਕੁ ਇੱਕ ਬੋਤਲ ਉੱਤੇ ਟੰਗੀ ਹੁੰਦੀ, ਵੇਖ ਕੇ ਹੈਰਾਨ ਹੀ ਰਹਿ ਜਾਂਦਾ, ਕਹਿੰਦਾ ਪਾਣੀ ਇਹਦੇ 'ਚੋਂ ਲੱਭਣ ਡਿਆ ਅਤੇ ਉੱਤੇ ਪਾਣੀ ਦੀ ਬੋਤਲ ਟੰਗੀ ਪਈ ਹੈ। ਉਹ ਫੜਾ ਬੋਤਲ ਲਾਉਂਦਾ ਪਾਣੀ ਦੀ, ਅਤੇ ਜਦੋਂ ਵੇਖਦਾ ਨਾ ਤਾਂ ਉਹਦੇ ਨਾਲ ਨਾ ਇੱਕ ਚਿੱਟ ਲੱਗੀ ਹੁੰਦੀ ਹੈ, ਉਹ ਚਿੱਟ ਦੇ ਉੱਤੇ ਲਿਖਿਆ ਹੁੰਦਾ, ਭਲਿਆ ਆਹ ਬੋਤਲ ਪਾਣੀ ਦੀ ਨਲਕੇ ਦੇ ਵਿੱਚ ਪਾਏਗਾ ਨਾ ਅਤੇ ਪਾਣੀ ਨਲਕੇ 'ਚੋਂ ਬਾਹਰ ਆ ਜੂਗਾ। ਹੁਣ ਆਪਾਂ ਉਹਦੀ ਥਾਂ 'ਤੇ ਹੁੰਦੇ ਤਾਂ ਆਪਾਂ ਕੀ ਕਰਦੇ, ਆਪਾਂ ਨੂੰ ਇੰਨੀ ਪਿਆਸ ਲੱਗੀ ਹੁੰਦੀ ਅਤੇ ਪਾਣੀ ਦੀ ਬੋਤਲ ਸਾਡੇ ਸਾਹਮਣੇ ਹੁੰਦੀ, ਅਤੇ ਆਪਾਂ ਕਹਿਣਾ ਸੀ ਆਹ ਕਿੰਨੇ ਨੋਟ ਲਿਖਤਾ ਬੇਵਕੂਫ ਬੰਦਾ, ਪਾਣੀ ਦੀ ਬੋਤਲ ਮੇਰੇ ਹੱਥ 'ਚ ਹੈ ਅਤੇ ਮੈਂ ਪੀਆਂ ਅਤੇ ਪਿਆਸ ਬੁਝਾਵਾਂ। ਉਹ ਕਹਿੰਦਾ ਭਲਿਆ ਇਹ ਪਾਣੀ ਦੀ ਬੋਤਲ ਜੇ ਤੂੰ ਨਲਕੇ ਦੇ ਵਿੱਚ ਪਾਏਗਾ ਨਾ ਤਾਂ ਨਲਕੇ 'ਚੋਂ ਪਾਣੀ ਬਾਹਰ ਆ ਜੂਗਾ, ਇਹਦਾ ਪ੍ਰੋਸੈਸ ਹੀ ਇਹ। ਕਹਿੰਦਾ ਮਨਾ ਚੱਲ ਕਰ ਲੈਂਦੇ ਇਹ ਜੋ ਕਿਹਾ। ਉਹ ਜਦੋਂ ਬੋਤਲ ਖੋਲ੍ਹਦਾ ਨਾ ਫਿਰ ਮਨ 'ਚ ਇੱਕ ਤਲਬ ਜੀ ਉੱਠਦੀ, ਇੱਕ ਘੁੱਟ 'ਤੇ ਪੀ ਲਾ। ਕਹਿੰਦਾ ਨਹੀਂ ਯਾਰ, ਉਹ ਪਾ ਦਿੰਦਾ ਨਲਕੇ ਦੇ ਵਿੱਚ। ਜਦੋਂ 2-4 ਵਾਰੀ ਗੇੜੇ ਮਾਰਦਾ ਨਾ ਤਾਂ ਪਾਣੀ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਅਤੇ ਪਾਣੀ ਆ ਜਾਂਦਾ ਬਾਹਰ। ਕਹਿੰਦਾ ਆਏ ਹਾਏ 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 ਹਾਏ। ਫਿਰ ਸੋਚਦਾ ਕਹਿੰਦਾ ਜੇ ਮੈਂ ਯਕੀਨ ਨਾ ਕਰਦਾ ਤਾਂ ਮੇਰਾ ਇੰਨੇ ਬੜੇ ਪਾਣੀ ਤੋਂ ਨੁਕਸਾਨ ਹੋ ਜਾਣਾ ਸੀ ਯਾਰ, ਇੰਨੇ ਫਰੈਸ਼ ਪਾਣੀ ਤੋਂ ਮੇਰਾ ਨੁਕਸਾਨ ਹੋ ਜਾਣਾ ਸੀ। ਉਸ ਬੰਦੇ ਦੀ ਗੱਲ ਮੰਨੀ ਆ ਅਤੇ ਇੰਨਾ ਫਰੈਸ਼ ਪਾਣੀ ਮੈਨੂੰ ਮਿਲ ਗਿਆ, ਮੈਂ ਰੱਜ ਰੱਜ ਪੀਆਂ। ਫਿਰ ਉਹਨੇ ਰੱਜ ਕੇ ਪਾਣੀ ਪੀਤਾ, ਉਹ ਆਪਣੀ ਉਹ ਜਿਹੜੀ ਬੋਟਲ ਜੀ ਸੀ ਉਹਦੇ ਕੋਲ ਪਾਣੀ ਵਾਲੀ, ਉਹਨੂੰ ਵੀ ਭਰ ਲਿਆ, ਉਹ ਮੋਢੇ 'ਤੇ ਟੰਗੀ, ਅਤੇ ਜਿਹੜੀ ਉਹ ਬੋਤਲ ਸੀ ਨਾ ਉਹਨੂੰ ਦੁਬਾਰਾ ਉਹਨੇ ਭਰ ਕੇ ਉੱਥੇ ਟੰਗਤਾ, ਅਤੇ ਉਸ ਜਿਹੜਾ ਨੋਟ ਸੀ ਨਾ ਉਹਦੇ ਥੱਲੇ ਲਿਖਤਾ ਕਿ ਯਕੀਨ ਕਰਿਓ ਇਹ ਫਾਰਮੂਲਾ ਕੰਮ ਕਰਦਾ ਹੈ। ਇੱਕ ਲਾਈਨ ਉਹਨੇ ਹੋਰ ਨਾਲ ਐਡ ਕਰਤੀ, ਕੀ ਕੀਤੀ, ਯਕੀਨ ਕਰਿਓ ਇਹ ਫਾਰਮੂਲਾ ਕੰਮ ਕਰਦਾ ਹੈ, ਵਿਸ਼ਵਾਸ ਕਰਿਓ ਇਹ ਫਾਰਮੂਲਾ ਕੰਮ ਕਰਦਾ ਹੈ, ਉਹਨੇ ਨਾਲ ਹੀ ਲਾ ਦਿੱਤੀ। ਹੁਣ ਇਹ ਸਟੋਰੀ ਬਿਲਕੁਲ ਸਾਡੇ ਨਾਲ ਰਿਲੇਟ ਹੁੰਦੀ ਹੈ। ਪਹਿਲੀ ਗੱਲ ਤਾਂ ਇਹ ਸਟੋਰੀ ਦੇ ਵਿੱਚੋਂ 2 ਗੱਲਾਂ ਸਮਝਣ ਵਾਲੀਆਂ। ਅੱਛਾ, ਜੇ ਉਹ ਪਹਿਲਾ ਕੰਮ ਕੀ ਸੀ, ਬੋਤਲ ਦੇ ਪਾਣੀ ਪੀਣ ਵਾਲਾ ਸ਼ੋਰਟਕੱਟ, ਸ਼ੋਰਟਕੱਟ ਸੀ ਨਾ। ਅੱਛਾ, ਉਹ ਤਾਂ ਪੀ ਲੈਂਦਾ ਪਰ ਅੱਗੇ ਵਾਸਤੇ ਉਹਨੇ ਪਾਣੀ ਨਹੀਂ ਸੀ ਜੋੜ ਪਾਉਣਾ ਜਿਹੜਾ ਉਹਨੇ ਬੋਤਲ 'ਚ ਭਰ ਲਿਆ, ਸ਼ੋਰਟਕੱਟ ਨਹੀਂ ਉਹਨੇ ਵਰਤਿਆ, ਉਹਨੇ ਮਿਹਨਤ ਕੀਤੀ ਉਸ ਚੀਜ਼ 'ਤੇ, ਕੰਮ ਕੀਤਾ ਅਤੇ ਫਰੈਸ਼ ਪਾਣੀ ਹਾਸਲ ਕਰ ਲਿਆ। ਦੂਜੀ ਸਟੋਰੀ ਦਾ ਇਹਦਾ ਮਤਲਬ, ਜਿਹੜੀ ਚੀਜ਼ ਆਪਾਂ ਜਿੰਨਾ ਚਿਰ ਤੱਕ ਪਾਉਂਦੇ ਨਹੀਂ ਆ ਉਹਨਾਂ ਚਿਰ ਤੱਕ ਆਪਾਂ ਨੂੰ ਕੁਝ, ਜੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਟਾਈਮ ਪਾਉਂਦੇ ਹਾਂ ਨਾ ਫਿਰ ਆਪਾਂ ਨੂੰ ਕੁਝ ਹਾਸਲ ਹੁੰਦਾ ਹੈ ਅਤੇ ਫਿਰ ਸਾਡੀ ਪਿਆਸ ਬੁੱਝਦੀ ਆ। ਜੇ ਆਪਾਂ ਪਿਆਰ ਪਾਉਂਦੇ ਹਾਂ ਤਾਂ ਪਿਆਰ ਮਿਲਦਾ ਹੈ, ਪੇਸ਼ੈਂਟ ਨੇ ਆਪਣੀ ਜਗ੍ਹਾ ਪਾਉਣਾ, ਘਰ ਵਾਲਿਆਂ ਨੇ ਆਪਣੀ ਜਗ੍ਹਾ ਪਾਉਣਾ, ਫਿਰ ਸਾਡੀ ਪਿਆਸ ਬੁੱਝਣੀ ਆ, ਫਿਰ ਸਾਡੀ ਤ੍ਰਿਪਤੀ ਹੋਣੀ ਆ। ਅਤੇ ਦੂਜੀ ਗੱਲ ਕੀ ਆ, ਉਹਨੇ ਜੋ ਥੱਲੇ ਲਿਖਤਾ ਕਿ ਵਿਸ਼ਵਾਸ ਕਰਿਓ ਇਹ ਫਾਰਮੂਲਾ, ਵੀ ਫਿਰ ਸਾਡੇ ਵਰਗੇ ਬੰਦੇ ਖਲੋਤੇ ਆ, ਕਹਿੰਦੇ ਯਾਰ ਵਿਸ਼ਵਾਸ ਕਰਿਓ ਇਹ ਫਾਰਮੂਲਾ ਕੰਮ ਕਰਦਾ ਜੇ, ਇਹ ਰਿਕਵਰੀ ਵਾਲਾ ਫਾਰਮੂਲਾ ਕੰਮ ਕਰਦਾ ਜੇ, ਵਿਸ਼ਵਾਸ ਕਰਿਓ। ਕਿਉਂ, ਅਸੀਂ ਪਾਣੀ ਪਾ ਕੇ, ਸਾਨੂੰ ਕਿਸੇ ਨੇ ਦੱਸਿਆ, ਅਸੀਂ ਉਹ ਪਾਣੀ ਪਾ ਕੇ ਅਤੇ ਫਿਰ ਪਾਣੀ ਕੱਢਿਆ ਹੈ,
विश्वास करो ये फार्मूला काम करता है। तो जे विश्वास कर लोगे तो सारी जिंदगी प्यास बुझती रहूगी क्योंकि नलका चल पिया है। तो जे विश्वास नहीं ना किया तो फिर एक बोतल ही पानी की पई है, जिन्ने क दिन तुम ट्रीटमेंट करवा आए जे 7-8 दिन उन्ने क दिन ताड़ी प्यास बुझूगी, फिर तुम गए प्यासे दे प्यासे। तो जे नलका चल पिया जितने आओगे हैंडल मारोगे पानी भर लो प्यास बुझा लो, गल सीधी है स्पष्ट। तो वेख लो तुहाडे को दोनों चॉइसिस आ, दोनों ऑप्शन आ, तुसीं कैड़ी लैनी है, शॉर्टकट वाली लैनी आ कि प्रोसैस वाली लैनी आ। प्रोसैस दे विच तुहानूं समां देना पैना, मेहनत करनी पैनी आ, तां फिर तुहाडी प्यास बुझनी है। तो एक गल याद रखियो, कल्ला नशा छड्डन नाल गल नहीं बननी, जिन्ना चिर तक अंदर दी प्यास ना बुझी। इस ये मन प्यासा, ये रोग है प्यासे मन दा। हे भाई तैनू मन दा रोग लगा है, कल्ला शरीर दा ट्रीटमेंट करा के ना चल जी, भलिया तैनू मन दा रोग लगा है, तू मनो रोग डॉक्टर दे कोल ट्रीटमेंट करा रहा अपना। तो ये मानसिक रोगों नू जिन्ना चिर तक आपां इन्हां दी तृप्ति ना कीती, इन्हां दा हल इहो ही आ कि ज्यों ज्यों तुसी मेहनत करी जाओगे, ज्यों ज्यों हैंडल मारी जाओगे, त्यों त्यों पानी निकली जाना, त्यों त्यों प्यास बुझी जानी।